ਕੋਰੋਨਾ ਵਾਇਰਸ ਤੋਂ ਬਚਾਅ ਤੇ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਅਜਨਾਲਾ ਦੇ ਇੱਕ ਮੈਡੀਕਲ ਸਟੋਰ ਦੇ ਮਾਲਕ ਖਿਲਾਫ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਮੈਡੀਕਲ ਸਟੋਰ ਦਾ ਇਹ ਮਾਲਕ 15 ਮਾਰਚ ਨੂੰ ਮਲੇਸ਼ੀਆ ਤੋਂ ਭਾਰਤ ਆਇਆ ਸੀ, ਜਿਸ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਰ ਵਿੱਚ ਇਕਾਂਤਵਾਸ ਰਹਿਣ ਲਈ ਕਿਹਾ ਗਿਆ ਸੀ, ਪਰ ਇਸ ਵੱਲੋਂ ਸਰਕਾਰ ਦੇ ਹੁਕਮਾਂ ਦੀ ਸ਼ਰਿਆਮ ਉਲੰਘਣਾ ਕਰਦਿਆਂ ਅੱਜ ਐਸਟੀਐਮ ਦਫ਼ਤਰ ਅਜਨਾਲਾ ਤੋਂ ਕਰਫਿਊ ਦੌਰਾਨ ਮੈਡੀਕਲ ਸਟੋਰ ਤੋਂ ਦਵਾਈਆਂ ਸਪਲਾਈ ਕਰਨ ਦਾ ਪਰਮਿਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਨੂੰ ਪੁਲਿਸ ਵੱਲੋਂ ਤੁਰੰਤ ਗ੍ਰਿਫਤਾਰ ਕੀਤਾ ਗਿਆ। ਪਰਸੋਂ ਸਾਨੂੰ ਇੱਕ ਸ਼ਿਕਾਇਤ ਆਈ ਸੀਗੀ ਕਿ ਮੁੰਡਾ ਮਲੇਸ਼ੀਆ ਤੋਂ ਆਇਆ ਵਾ ਅਤੇ ਇਹ ਬਾਹਰ ਘੁੰਮ ਰਿਹਾ ਜੀ। ਅਸੀਂ ਟੀਮ ਭੇਜੀ ਅਤੇ ਉਸ ਟਾਈਮ ਘਰ ਪਾਇਆ ਗਿਆ ਮੁੰਡਾ, ਅਤੇ ਉਹਨੇ ਸਮਝਾਇਆ ਕਿ ਤੁਸੀਂ ਬਾਹਰ ਨਾ ਨਿਕਲਿਓ, ਸਾਨੂੰ ਸ਼ਿਕਾਇਤ ਆਈ ਅਤੇ ਇਹ ਤਾਂ ਇਹਦੇ ਪਰਿਵਾਰ ਨੇ ਸਾਨੂੰ ਦੱਸਿਆ ਕਿ ਨਹੀਂ ਜੀ ਅਸੀਂ ਸਾਡਾ ਬੇਟਾ ਬਾਹਰ ਨਹੀਂ ਗਿਆ। ਉਸ ਤੋਂ ਬਾਅਦ ਕੱਲ੍ਹ ਇੱਥੇ ਮੇਰੀ ਹੀ ਸਬ ਡਿਵੀਜ਼ਨ ਦੇ ਵਿੱਚ ਇਹ ਮੁੰਡਾ ਇੱਥੇ ਆਇਆ ਅਤੇ ਕੁਛ ਲੋਕਾਂ ਨੇ ਇਹਨੂੰ ਪਛਾਣ ਲਿਆ, ਉਹਨਾਂ ਨੇ ਕਿਹਾ ਕਿ ਇਹ ਮੁੰਡਾ ਜੀ ਅੰਡਰ ਹੋਮ ਕੁਆਰੰਟਾਈਨ ਹੈਗਾ ਅਤੇ ਇੱਥੇ ਕੀ ਕਰ ਰਿਹਾ। ਉਹਨੂੰ ਬੁਲਾਇਆ ਗਿਆ, ਉਹਨੂੰ ਪੁੱਛਿਆ ਗਿਆ, ਉਹ ਕਹਿੰਦਾ ਜੀ ਮੈਂ ਤਾਂ ਇੱਥੇ ਵੈਸੇ ਕੰਮ ਆਇਆ ਸੀਗਾ। ਫਿਰ ਆਪਾਂ ਇਮੀਡੀਏਟਲੀ ਉਸ ਬੰਦੇ ਨੂੰ ਸਰਕਾਰੀ ਕੁਆਰੰਟਾਈਨ 'ਚ ਭੇਜਿਆ ਗਿਆ ਤਾਂ ਕਿ ਜਿਹੜੀ 14 ਦਿਨ ਦੀ ਆਈਸੋਲੇਸ਼ਨ ਦਾ ਹੈਗਾ ਵਾ ਉਹਨੂੰ ਸਹੀ ਤਰੀਕੇ ਨਾਲ ਫੋਲੋਅਪ ਕੀਤਾ ਜਾ ਸਕੇ ਅਤੇ ਸਰਕਾਰ ਦੀ ਹਦਾਇਤਾਂ ਦਾ ਪਾਲਣ ਕੀਤਾ ਜਾ ਸਕੇ। ਸਾਡੀ 2 ਵਾਰੀ ਟੀਮ ਇਹਨਾਂ ਦੇ ਘਰਾਂ ਦੇ ਵਿੱਚ ਜਾਂਦੀ, ਉਸ ਦੇ ਬਾਵਜੂਦ ਇਹ ਲੋਕ ਘਰ ਨਹੀਂ ਬਹਿੰਦੇ। ਫਿਰ ਇਸੇ ਕਰਕੇ ਇਹਨਾਂ 'ਤੇ ਪਰਚਾ ਵੀ ਕੀਤਾ ਗਿਆ ਕਿਉਂਕਿ ਇਹਨਾਂ ਨੇ ਕਰਫਿਊ ਸਰਕਾਰ ਦੀ ਹਦਾਇਤਾਂ ਦਾ ਉਲੰਘਣ ਕੀਤਾ ਸੀਗਾ। ਕਿ ਸਭ ਨੂੰ ਮੱਦੇਨਜ਼ਰ ਰੱਖਦਿਆਂ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਕਿਉਂਕਿ ਇਸ ਟਾਈਮ ਸਾਰਾ ਇੰਡੀਆ ਬੰਦ ਹੋਇਆ ਦਾ ਵਾ ਅਤੇ ਜਿਹੜੇ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਅਸੀਂ ਹੋਮ ਕੁਆਰੰਟਾਈਨ ਭੇਜਿਆ ਵਾ, ਅਸੀਂ ਇਹ ਸੋਚ ਕੇ ਭੇਜਿਆ ਵਾ ਕਿ ਉਹ ਬੰਦੇ ਆਪਣੀ ਨਿੱਜੀ ਜ਼ਿੰਮੇਵਾਰੀ ਸਮਝ ਗਏ, ਉਹਨਾਂ ਦੇ ਪਰਿਵਾਰ ਦੇ ਮੈਂਬਰ ਆਪਣੀ ਨਿੱਜੀ ਜ਼ਿੰਮੇਵਾਰੀ ਸਮਝ ਕੇ ਆਪਣੇ ਘਰ ਦੇ ਜੀ ਨੂੰ ਸਮਝਾਉਣਗੇ ਅਤੇ ਘਰ ਦੇ ਵਿੱਚ ਹੋਮ ਕੁਆਰੰਟਾਈਨ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜੋ ਸਰਕਾਰ ਵੱਲੋਂ ਹਦਾਇਤਾਂ ਉਹਨਾਂ ਦਾ ਪਾਲਣ ਕਰਨਗੇ। ਜੇਕਰ ਕੋਈ ਨਹੀਂ ਕਰੇਗਾ ਤਾਂ ਅਸੀਂ ਉਹਦੇ ਵਿਰੁੱਧ ਇੱਕ ਸਖ਼ਤ ਕਾਰਵਾਈ ਕਰਾਂਗੇ, ਜਿਹਦੀ ਕਿ ਇੱਕ ਐਗਜ਼ਾਮਪਲ ਹੈ ਜੀ। ਸਰ ਇਹ ਲੱਗਾ ਜੀ ਅਮੈਰੀਕਾ ਚੋਰ ਮਾਲਕ ਦੇ ਪਾਸ ਬਣਾਉਣ ਫਿਰਦਾ ਜੀ? ਨਹੀਂ, ਉਹ ਤਾਂ ਮੈਨੂੰ ਉਹਨੇ ਦੱਸਿਆ ਨਾ ਜਦੋਂ ਮੈਨੂੰ ਬੁਲਾਇਆ ਕਿ ਵੀ ਤੂੰ ਪਹਿਲੇ ਤਾਂ ਕਿਸੇ ਦੇ ਕਹਿਣ 'ਤੇ ਆਪਾਂ ਸਿੱਧਾ ਕਾਰਵਾਈ ਨਹੀਂ ਕਰਦੇ ਸੀ, ਉਹ ਮੁੰਡੇ ਨੂੰ ਉੱਥੇ ਬੁਲਾਇਆ ਜਦੋਂ ਉਹਨਾਂ ਨੇ ਕਿਹਾ ਕਿ ਇਹ ਮੁੰਡਾ ਤਾਂ ਜੀ ਕੁਆਰੰਟਾਈਨ 'ਚ ਹੋਮ ਕੁਆਰੰਟਾਈਨ 'ਚ ਇੱਥੇ ਕਰ ਰਿਹਾ। ਉਹਨੂੰ ਉਸੇ ਟਾਈਮ ਇਮੀਡੀਏਟਲੀ ਅੰਦਰ ਬੁਲਾਇਆ ਗਿਆ, ਦੱਸ ਵੀ ਤੂੰ ਇੱਥੇ ਕੀ ਕਰ ਰਿਹਾ? ਕਹਿੰਦਾ ਹਾਂਜੀ ਜੀ ਮੈਂ ਹੋਮ ਕੁਆਰੰਟਾਈਨ 'ਚ, ਮੈਂ 9 ਤਰੀਕ ਨੂੰ ਬਾਹਰ ਆਇਆ ਸੀਗਾ। ਮੈਂ ਕਿਹਾ ਇੱਥੇ ਕਰਦਾ? ਕਹਿੰਦਾ ਜੀ ਮੈਂ ਪਾਸ ਬਣਵਾਉਣ ਲਿਆ ਸੀਗਾ। ਆਪਾਂ 10 ਮਿੰਟਾਂ 'ਚ ਉਸ ਬੰਦੇ ਦੇ ਪਰਚਾ ਦਰਜ ਕਰਕੇ ਉਹਨੂੰ ਸਰਕਾਰੀ ਕੁਆਰੰਟਾਈਨ 'ਚ ਭੇਜਿਆ ਗਿਆ।